ਅੱਜ ਦੀ ਗੱਲ ਦਾ ਸਾਰ ਹੈ, ਸਵੇਰ ਕਦੋਂ ਹੁੰਦੀ ਹੈ। ਜਿਉਂਦੇ ਜੀ ਕੁਛ ਕਰਨਾ, ਐਵੇਂ ਕਾਹਤੋਂ ਮਰਨਾ। ਗੱਲ ਇਸ ਤਰ੍ਹਾਂ ਹੋਈ, ਅਧਿਆਪਕ ਜੀ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਸਨ। ਅਧਿਆਪਕ ਜੀ ਦੱਸ ਰਹੇ ਸਨ ਕਿ ਦਿਨ ਰਾਤ ਕਿਵੇਂ ਬਣਦੇ ਹਨ। ਸਾਇੰਸ ਦੇ ਸਿਲੇਬਸ ਅਨੁਸਾਰ ਦਿਨ ਰਾਤ ਬਣਦੇ ਤਰਕ ਦੇ ਰਹੇ ਸੀ। ਹਨੇਰਾ ਕਦੋਂ ਹੁੰਦਾ ਹੈ, ਦਿਨ ਕਦੋਂ ਹੁੰਦਾ ਹੈ, ਸਵੇਰ ਕਦੋਂ ਹੁੰਦੀ ਹੈ। ਸਾਰੇ ਜਮਾਤੀ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁਣ ਰਹੇ ਸਨ, ਕਿਉਂਕਿ ਉਹਨਾਂ ਨੂੰ ਅਧਿਆਪਕ ਦੀ ਗੱਲਾਂ ਬਹੁਤ ਹੀ ਗਿਆਨਵਰਧਕ ਅਤੇ ਦਿਲਚਸਪ ਲੱਗ ਰਹੀਆਂ ਸੀ। ਕਲਾਸ ਦਾ ਮਾਹੌਲ ਬਹੁਤ ਹੀ ਆਦਰਸ ਅਤੇ ਨੈਤਿਕ ਲੱਗ ਰਿਹਾ ਸੀ। ਅਧਿਆਪਕ ਜੀ ਬਹੁਤ ਹੀ ਸੂਝਵਾਨ ਵਿਅਕਤੀ ਸਨ। ਉਹ ਚਾਹੁੰਦੇ ਸੀ ਕਿ ਬੱਚਿਆਂ ਨੂੰ ਅੱਜ ਦਾ ਪੜ੍ਹਾਇਆ ਯਾਦ ਰਹੇ, ਇਸ ਲਈ ਉਹਨਾਂ ਨੇ ਹੋਮਵਰਕ ਦਿੱਤਾ ਕਿ ਤੁਹਾਡੇ ਘਰ ਵਿੱਚ ਜੋ ਵੀ ਸਭ ਤੋਂ ਵੱਡਾ ਹੈ, ਜੋ ਵੀ ਸਭ ਤੋਂ ਵਡੇਰਾ ਹੈ, ਤੁਹਾਡੇ ਦਾਦਾ ਜੀ ਹੋਣ, ਤੁਹਾਡੀ ਦਾਦੀ ਜੀ ਹੋਵੇ, ਤਾਇਆ ਹੋਵੇ, ਤਾਈ ਹੋਵੇ, ਜਾਂ ਤੁਹਾਡੇ ਮਾਂ ਪਿਓ ਹੋਣ, ਜੋ ਵੀ ਘਰ ਵਿੱਚ ਸਭ ਤੋਂ ਵਡੇਰਾ ਹੋਵੇ, ਉਹਨਾਂ ਤੋਂ ਇਹ ਪੁੱਛ ਕੇ ਆਉਣਾ ਕਿ ਸਵੇਰ ਕਦੋਂ ਹੁੰਦੀ ਹੈ ਅਤੇ ਲਿਖ ਕੇ ਲੈ ਕੇ ਆਉਣਾ। ਇਸ ਬਾਬਤ ਵਿਦਿਆਰਥੀਆਂ ਵਿੱਚ ਬਹੁਤ ਹੀ ਉਮੰਗ ਅਤੇ ਉਤਸੁਕਤਾ ਸੀਗੀ। ਸਾਰੇ ਬੱਚਿਆਂ ਨੇ ਘਰ ਜਾ ਕੇ ਆਪਣੇ ਆਪਣੇ ਤਰੀਕੇ ਨਾਲ ਸਵਾਲ ਪੁੱਛੇ। ਉਹ ਅਧਿਆਪਕ ਸਾਰੇ ਬੱਚਿਆਂ ਦੇ ਆਦਰਸ ਅਧਿਆਪਕ ਸਨ, ਇਸ ਲਈ ਸਾਰੇ ਬੱਚੇ ਉਹਨਾਂ ਦੀ ਗੱਲ ਮੰਨਦੇ ਸੀ। ਉਹ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਬਹੁਤ ਹੀ ਚੰਗੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਂਦੇ ਸੀ। ਅਗਲੇ ਦਿਨ ਸਾਰੇ ਬੱਚਿਆਂ ਨੂੰ ਅਧਿਆਪਕ ਦੀ ਕਲਾਸ ਸ਼ੁਰੂ ਹੋਈ। ਅਧਿਆਪਕ ਨੇ ਸਾਰੇ ਬੱਚਿਆਂ ਨੂੰ ਹੋਮਵਰਕ ਬਾਰੇ ਪੁੱਛਿਆ। ਸਾਰੇ ਬੱਚਿਆਂ ਨੇ ਆਪੋ ਆਪਣੇ ਤਰੀਕੇ ਨਾਲ ਜਵਾਬ ਦਿੱਤਾ। ਹਰ ਇੱਕ ਦਾ ਜਵਾਬ ਵਿੱਚ ਬੱਚਿਆਂ ਦੀ ਮਾਸੂਮੀ ਝਲਕ ਰਹੀ ਸੀ। ਤੋ ਅਧਿਆਪਕ ਜੀ ਨੇ ਪੁੱਛਿਆ ਵੀ ਸਵੇਰ ਕਦੋਂ ਹੁੰਦੀ ਹੈ। ਇੱਕ ਮੁੰਡਾ ਕਹਿੰਦਾ, ਮੇਰੀ ਦਾਦੀ ਕਹਿੰਦੀ ਹੈ ਵੀ ਜਦੋਂ ਅਸੀਂ ਦੁੱਧ ਰਿੜਕਦੇ ਹਾਂ ਉਦੋਂ ਸਵੇਰ ਹੁੰਦੀ। ਇੱਕ ਕੁੜੀ ਦਾ ਜਵਾਬ ਸੀ, ਸ਼੍ਰੀਮਾਨ ਜੀ ਮੇਰਾ ਤਾਇਆ ਜੀ ਕਹਿੰਦਾ ਹੈ ਕਿ ਜਦੋਂ ਤਾਰੇ ਦਿਸਣੋਂ ਹਟ ਜਾਣ ਉਦੋਂ ਸਵੇਰ ਹੁੰਦੀ। ਇੱਕ ਹੋਰ ਮੁੰਡਾ ਦੱਸ ਰਿਹਾ ਸੀ, ਜਦੋਂ ਅਸੀਂ ਮੱਝਾਂ ਦੀਆਂ ਧਾਰਾਂ ਕੱਢਦੇ ਹਾਂ ਉਦੋਂ ਸਵੇਰ ਹੁੰਦੀ। ਕਲਾਸ ਦਾ ਇੱਕ ਸ਼ਰਾਰਤੀ ਬੱਚਾ ਕਹਿ ਰਿਹਾ ਸੀ, ਅਧਿਆਪਕ ਜੀ ਜਦੋਂ ਸਵੇਰੇ ਕੁੱਕੜ ਬੋਲਦਾ ਹੈ ਉਦੋਂ ਸਵੇਰ ਹੁੰਦੀ। ਇੱਕ ਪਿਆਰੀ ਜੀ ਕੁੜੀ ਕਹਿ ਰਹੀ ਸੀ, ਮੇਰੀ ਮੰਮੀ ਕਹਿੰਦੀ ਹੈ ਕਿ ਜਦੋਂ ਗੁਰੂ ਘਰ ਦਾ ਪਾਠੀ ਬਾਣੀ ਪੜ੍ਹਦਾ ਉਦੋਂ ਸਵੇਰ ਹੁੰਦੀ। ਇੱਕ ਵਿਦਿਆਰਥੀ ਕਹਿ ਰਿਹਾ ਸੀ ਕਿ ਜਦੋਂ ਅਸੀਂ ਸਕੂਲ ਲਈ ਤਿਆਰ ਹੁੰਦੇ ਹਾਂ ਉਦੋਂ ਸਵੇਰ ਹੁੰਦੀ। ਪਰ ਇੱਕ ਕੁੜੀ ਦਾ ਜਵਾਬ ਬਹੁਤ ਹੀ ਢੁੱਕਵਾਂ ਸੀਗਾ। ਕੁੜੀ ਕਹਿੰਦੀ, ਸ਼੍ਰੀਮਾਨ ਜੀ ਮੇਰੀ ਦਾਦੀ ਨੇ ਜਵਾਬ ਵਿੱਚ ਕਈ ਲਾਈਨਾਂ ਦੱਸੀਆਂ, ਇਸ ਲਈ ਮੇਰੀ ਦਾਦੀ ਬੋਲਦੀ ਰਹੀ ਗਈ ਅਤੇ ਮੈਂ ਲਿਖਦੀ ਗਈ। ਸ਼੍ਰੀਮਾਨ ਜੀ ਮੇਰੀ ਦਾਦੀ ਕਹਿੰਦੀ ਹੈ, ਜਦੋਂ ਪਿੰਡ ਦੇ ਸਾਰੇ ਲੋਕ ਆਪਾਂ ਨੂੰ ਵਧੀਆ ਲੱਗਣ ਲੱਗ ਜਾਣ, ਸਾਰਿਆਂ ਦੇ ਦੁੱਖ ਸੁੱਖ ਦੀ ਅਸੀਂ ਹਮਾਇਤੀ ਹੋ ਜਾਈਏ, ਜਦੋਂ ਅਸੀਂ ਆਂਢੀ ਗੁਆਂਢੀ ਨਾਲ ਲੜਾਈ ਮੁੱਕ ਜੇ ਉਦੋਂ ਸਵੇਰ ਹੁੰਦੀ ਹੈ, ਜਦੋਂ ਛਲ ਕਪਟ ਬੁਰੇ ਖਿਆਲ ਸਾਡੇ ਮਨ ਵਿੱਚੋਂ ਮੁੱਕ ਜਾਵਣ, ਅਸੀਂ ਸਰਬਤ ਦੇ ਭਲੇ ਲਈ ਅਰਦਾਸ ਕਰੀਏ, ਆਪਣਾ ਆਲਾ ਦੁਆਲਾ ਸਾਫ਼ ਰੱਖੀਏ, ਮਨ ਵਿੱਚ ਚਾਨਣ ਹੋ ਜਾਵੇ, ਹਨੇਰਾ ਮਿੱਟ ਜਾਵੇ, ਉਦੋਂ ਸਵੇਰ ਹੁੰਦੀ ਹੈ। ਅਧਿਆਪਕ ਜੀ ਮੇਰੀ ਦਾਦੀ ਕਹਿੰਦੀ ਹੈ, ਜਦੋਂ ਸੁੱਸ ਸਹੁਰਿਆਂ ਨੂੰ ਨੂੰਹਾਂ ਧੀਆਂ ਵਾਂਗੂ ਲੱਗਣ ਅਤੇ ਨੂੰਹਾਂ ਨੂੰ ਸੱਸਾਂ ਮਾਵਾਂ ਵਾਂਗੂ ਲੱਗਣ, ਜਦੋਂ ਹਰ ਘਰ ਵਿੱਚੋਂ ਕਲੇਸ਼ ਮੁੱਕ ਜੇ, ਜਦੋਂ ਛੋਟੇ ਬੱਚੇ ਤੜਕੇ ਉੱਠ ਕੇ ਦਾਦੀ ਬਾਰੇ ਪੁੱਛਣ, ਉਦੋਂ ਬੱਚੇ ਸਵੇਰ ਹੁੰਦੀ ਹੈ, ਜਦੋਂ ਪੁੱਤ ਮਾਂ ਪਿਓ ਨੂੰ ਪੁੱਛ ਕੇ ਕੰਮ 'ਤੇ ਜਾਵਣ, ਘਰ ਵਿੱਚ ਔਰਤਾਂ ਦੀ ਇੱਜ਼ਤ ਹੋਵੇ, ਕਿਸੇ ਦਾ ਪੁੱਤ ਨਸ਼ੇ 'ਤੇ ਨਾ ਲੱਗੇ, ਜਦੋਂ ਇਕੱਲੀ ਜਾਂਦੀ ਧੀ ਨੂੰ ਕਿਸੇ ਦਾ ਡਰ ਨਾ ਲੱਗੇ, ਉਦੋਂ ਸਵੇਰ ਹੁੰਦੀ ਹੈ, ਜਦੋਂ ਅਧਿਆਪਕਾਂ ਨੂੰ ਸਾਰੇ ਬੱਚੇ ਆਪਣੇ ਬੱਚਿਆਂ ਵਾਂਗੂ ਲੱਗਣ, ਵਿਦਿਆਰਥੀ ਅਧਿਆਪਕਾਂ ਨੂੰ ਤਹਿ ਦਿਲੋਂ ਸਤਿਕਾਰ ਕਰਨ, ਜਦੋਂ ਸਾਰੇ ਮੁਲਾਜ਼ਮ ਅਤੇ ਹਾਕਮ ਸਰਕਾਰੀ ਕੰਮ ਨੂੰ ਆਪਣਾ ਕੰਮ ਸਮਝ ਕੇ ਅਤੇ ਇਮਾਨਦਾਰੀ ਨਾਲ ਕਰਨ, ਉਦੋਂ ਮੇਰੀ ਧੀਏ ਸਵੇਰ ਹੁੰਦੀ ਹੈ। ਜਦੋਂ ਸ਼੍ਰੀਮਾਨ ਜੀ ਮੇਰੀ ਦਾਦੀ ਕਹਿੰਦੀ ਹੈ, ਜਦੋਂ ਸਰਕਾਰਾਂ ਲੋਕ ਹਿੱਤ ਵਿੱਚ ਕੰਮ ਕਰਨ, ਜਦੋਂ ਸਾਰੇ ਲੋਕ ਕਾਨੂੰਨਾਂ ਦੀ ਪਾਲਣਾ ਕਰਨ, ਜਦੋਂ ਆਮ ਲੋਕਾਂ 'ਤੇ ਕੋਈ ਜ਼ੁਲਮ ਨਾ ਹੋਵੇ ਅਤੇ ਥਾਣੇ ਕਚਹਿਰੀਆਂ ਵਿੱਚ ਨਿਆਂ ਮਿਲੇ, ਉਦੋਂ ਸਵੇਰ ਹੁੰਦੀ ਹੈ। ਕੁੜੀ ਦੀ ਦਾਦੀ ਨੇ ਅਧਿਆਪਕ ਨੂੰ ਸੋਚ ਵਿੱਚ ਪਾ ਦਿੱਤਾ। ਨਿੱਕੀ ਜੀ ਕੁੜੀ ਦੀਆਂ ਗੱਲਾਂ ਵਿੱਚ ਬਹੁਤ ਹੀ ਡੂੰਘਾਈ ਅਤੇ ਮਾਸੂਮੀਅਤ ਸੀਗੀ। ਦੋਸਤੋ, ਆਪਣੇ ਆਲੇ ਦੁਆਲੇ ਕਿੰਨਾ ਕੁ ਸਵੇਰਾ ਹੋਇਆ ਹੈ, ਕਿੰਨੀ ਕੁ ਰਾਤ ਬਾਕੀ ਹੈ, ਆਪਾਂ ਇਸ ਤਰ੍ਹਾਂ ਦੀ ਸਵੇਰ ਵਾਸਤੇ ਕੀ ਯੋਗਦਾਨ ਪਾ ਸਕਦੇ ਹਾਂ। ਆਪਾਂ ਸਾਰਿਆਂ ਦੇ ਛੋਟੇ ਛੋਟੇ ਉਪਰਾਲੇ ਨਾਲ ਹੀ ਸਵੇਰ ਹੋਵੇਗੀ, ਚਾਨਣ ਹੋਵੇਗਾ,
ਹਨੇਰਾ ਮਿਟੇਗਾ, ਰਾਤ ਮੁੱਕ ਜਾਵੇਗੀ, ਜ਼ਿੰਦਗੀ ਦੀ ਸਵੇਰ ਹੋ ਜਾਵੇਗੀ। ਜਿੰਨਾ ਕੁ ਆਪਾਂ ਸਮਾਜ ਲਈ ਕਰ ਸਕਦੇ ਹਾਂ ਕਰੀਏ। ਧੰਨਵਾਦ ਦੋਸਤੋ, ਧੰਨਵਾਦ।